ਹੈਲੋ, ਮੇਰਾ ਨਾਂ ਚੌਧਰੀ ਰਜਿੰਦਰ ਨਿੱਜਰ ਹੈਗਾ। ਮੈਂ ਪੰਡੋਰੀ ਨਿੱਜਰਾਂ ਦਾ ਜੱਟ ਹੈਗਾ ਅਤੇ ਮੈਂ ਕ੍ਰਿਸਚੈਨਿਟੀ ਦੇ ਸਿੱਖਇਜ਼ਮ ਦਾ ਪ੍ਰਚਾਰ ਕਰਦਾ ਹੈਗਾ। ਅਤੇ ਇਹ ਜਿਹੜਾ ਵੀਡੀਓ ਹੈਗਾ, ਮੈਂ ਦੱਸਣ ਲੱਗਾ ਕਿ ਗਣੇਸ਼ ਜਿਹਦੀ ਕਿ ਪੂਜਾ ਕੀਤੀ ਜਾਂਦੀ ਹੈਗੀ, ਕੋਈ ਸ਼ੁੱਧ ਸ਼ੁੱਭ ਕੰਮ ਕਰਨ ਪਹਿਲਾਂ ਉਹਦੀ ਪੂਜਾ ਕੀਤੀ ਜਾਂਦੀ ਹੈ। ਕਿਉਂ ਇਹਦਾ ਨੱਕ ਹਾਥੀ ਦਾ ਲਾਇਆ ਹੈਗਾ? ਇਹ ਜਿਹੜੀ ਹੈਗੀ ਹਿੰਦੂਇਜ਼ਮ ਹੈਗਾ, ਇਹ ਮੈਥਾਲੋਜੀ ਹੈਗੀ, ਯਾਨੀ ਮਿੱਥੀਆਂ ਹੋਈਆਂ ਗੱਲਾਂ ਨੇ, ਇਹ ਸੱਚਾ ਨਹੀਂ ਹੁੰਦਾ। ਅਤੇ ਕਦੀ ਆਦਮੀ ਦੇ ਵੀ ਹਾਥੀ ਦਾ ਸਿਰ ਲੱਗਾ, ਇਸ ਲਈ ਇਹ ਮੈਥਾਲੋਜੀ ਹੈਗੀ। ਇਹਦਾ ਜਿਹੜੀ ਸਟੋਰੀ ਹੈਗੀ, ਇਹ ਸਾਰੇ ਦੱਸ ਦਿੰਦੇ ਨੇ ਪੰਡਿਤ ਵੀ ਇੱਦਾਂ ਹੋਈ ਸੀ ਜੀ, ਉਹ ਪਾਰਵਤੀ ਨਹਾਉਂਦੀ ਸੀ ਤਾਂ ਉਹਨੇ ਗਣੇਸ਼ ਨੂੰ ਕਿਹਾ ਤੂੰ ਰਾਖੀ ਰੱਖ, ਮੇਰੀ ਕੋਈ ਇੱਜ਼ਤ ਕਿਤੇ ਹੱਥ ਨਾ ਪਾਵੇ। ਅਤੇ ਉਹ ਫਿਰ ਬਾਹਰ ਖੜ੍ਹਾ ਸੀਗਾ, ਉਹਨੂੰ ਕਿਹਾ ਸੀ ਕਿਸੇ ਆਦਮੀ ਨੂੰ ਨਹੀਂ ਅੰਦਰ ਆਉਣ ਦੇਣਾ। ਅਤੇ ਉਹ ਫਿਰ ਉਹਦਾ ਪੇ ਆਇਆ ਸ਼ਿਵ, ਉਹਨੂੰ ਵੀ ਉਹਨੇ ਜਵਾਬ ਦੇ ਦਿੱਤਾ ਵੀ ਨਹੀਂ ਅੰਦਰ ਨਹੀਂ ਜਾਣਾ। ਉਹ ਕਹਿੰਦਾ ਤੂੰ ਕੌਣ ਹੈ ਮੈਨੂੰ ਰੋਕਣ ਨਾਲ, ਮੇਰੇ ਆਪਣੇ ਘਰ ਹੀ ਜਾਣਾ ਮੈਂ। ਅਤੇ ਉਹਨੇ ਫਿਰ ਜਦੋਂ ਉਹਨੂੰ ਫਿਰ ਲੜਾਈ ਕੀਤੀ ਉਹਦੇ ਨਾਲ, ਅਤੇ ਉਹਦਾ ਸਿਰ ਲਾ ਦਿੱਤਾ। ਜਦੋਂ ਸਿਰ ਲਾ ਦਿੱਤਾ ਤਾਂ ਉਹਨੂੰ ਪਾਰਵਤੀ ਨੂੰ ਪਤਾ ਲੱਗਾ ਕਿ ਉਹ ਮੇਰਾ ਪੁੱਤਰ ਮਾਰ ਦਿੱਤਾ ਇਹਨੇ। ਤਾਂ ਉਹ ਫਿਰ ਕਹਿੰਦੀ ਆਪਣੇ ਸ਼ਿਵ ਨੂੰ ਉਹ ਇਹਨੂੰ ਜਿੰਦਾ ਕਰ। ਅਤੇ ਉਹਨੇ ਫਿਰ ਕਿਹਾ ਅੱਛਾ ਜਿਹੜਾ ਤੁਹਾਨੂੰ ਕੋਈ ਸਿਰ ਮਿਲਦਾ ਕੋਈ ਵੀ ਉਹ ਲੈ ਆਓ, ਮੈਂ ਲਾ ਦਿੰਦਾ। ਅਤੇ ਲੋਕ ਗਏ, ਅੱਗੇ ਹਾਥੀ ਆਉਂਦਾ ਸੀ, ਹਾਥੀ ਦਾ ਸਿਰ ਕੱਟ ਕੇ ਤਾਂ ਲੈ। ਅਤੇ ਉਹਨੇ ਉਹ ਲਾ ਦਿੱਤਾ, ਸੁਰਜੀਤ ਕਰ ਦਿੱਤਾ। ਅਤੇ ਹੁਣ ਇਹ ਜਿਹੜੀ ਹੈਗੀਆਂ ਸਾਰੀਆਂ ਕਹਾਣੀਆਂ ਹੈਗੀਆਂ ਨੇ ਵੀ ਕੀ ਉਹਨੂੰ ਪੁੱਤਰ ਨੂੰ ਆਪਣੇ ਪਿਓ ਦਾ ਨਹੀਂ ਸੀ ਪਤਾ, ਜਾਂ ਪਿਓ ਨੂੰ ਆਪਣੇ ਪੁੱਤਰ ਦਾ ਨਹੀਂ ਸੀ ਪਤਾ ਕਿ ਮੇਰਾ ਹੈਗਾ। ਇਹਦਾ ਹੁੰਦਾ ਭਾਵ ਕਿ ਜਿਹੜਾ ਨਾ ਘਰ ਦੀ ਰਾਖੀ ਰੱਖਣਾ ਜਾਂ ਘਰ ਦੀ ਇੱਜ਼ਤ ਹੁੰਦੀ ਗੀ ਉਹ ਆਦਮੀਆਂ 'ਤੇ ਹੁੰਦੀ ਗੀ, ਔਰਤਾਂ 'ਤੇ ਨਹੀਂ ਹੁੰਦੀ। ਅਤੇ ਜੇ ਤੁਸੀਂ ਆਦਮੀ ਦੇ ਪੁੱਤਰ ਹੋਵੋਗੇ ਤਾਂ ਆਪਣੀ ਜਿਹੜੀ ਖਾਨਦਾਨ ਦਾ ਜਿਹੜਾ ਆਣ ਹੈਗੀ ਹੈ, ਸ਼ਰਮ ਹੈਗੀ, ਉਸ ਨੂੰ ਤੁਸੀਂ ਉਹਨੂੰ ਰੱਖੋਗੇ ਠੀਕ। ਅਤੇ ਜੇ ਤੁਸੀਂ ਹੈਗੀਆਂ ਕੰਜਰ ਹੈਗੇ ਆ, ਫਿਰ ਜੋ ਕੰਜਰੀਆਂ ਕਰਦੀਆਂ ਉਹ ਤੁਸੀਂ ਘਰ 'ਚ ਪਾਓਗੇ ਕੰਜਰ ਪੂਰਾ। ਅਤੇ ਇਸ ਕਰਕੇ ਜਿਹੜਾ ਹੈਗਾ ਇਨਸਾਨ ਦੇ ਪੁੱਤਰ ਹੁੰਦੇ ਨਾ ਉਹ ਹਮੇਸ਼ਾ ਹੀ ਅਖਲਾਕੀ ਹੁੰਦੇ ਨੇ। ਅਤੇ ਜਿਹੜਾ ਘਰ ਦੀ ਜਿਹੜੀ ਰਖਵਾਲੀ ਰੱਖਣੀ ਹੈਗੀ ਉਹ ਆਦਮੀ ਨੇ ਰੱਖਣੀ, ਔਰਤ ਨੇ ਰੱਖਣੀ। ਇਸ ਕਰਕੇ ਸੱਚੇ ਪਾਤਸ਼ਾਹ ਗੋਬਿੰਦ ਸਿੰਘ ਜੀ ਨੇ ਜਿਹੜੀ ਆਪਣੀ ਫੌਜ ਸਜਾਈ ਸੀ ਉਹਦੇ ਇਸੇ ਆਦਮੀਆਂ ਦੇ ਪੁੱਤਰ ਉਹਨਾਂ ਨੇ ਦਾਖਲ ਕੀਤੇ ਸੀਗੇ, ਭਰਤੀ ਕੀਤੇ ਸੀਗੇ, ਨਾ ਕਿ ਸ਼ੈਤਾਨਾਂ ਦੇ। ਇਸ ਕਰਕੇ ਉਹਨਾਂ ਨੇ ਕਿਹਾ ਸੀ ਦੇ ਸੇਵਾ ਵਰ ਮੋਹੇ, ਕਿ ਮੈਨੂੰ ਦੇ ਆਪਣੇ ਵੀ ਆਦਮੀ ਦੇ ਜਿਹੜੇ ਕਿ ਮੈਂ ਇਹਨਾਂ ਨੂੰ ਸ਼ੈਤਾਨਾਂ ਨੂੰ ਖਤਮ ਕਰਾਂ। ਕਿਉਂਕਿ ਜੰਗ ਜਿਹੜੀ ਹੈਗੀ ਸੱਚੇ ਪਾਤਸ਼ਾਹ ਗੋਬਿੰਦ ਸਿੰਘ ਜੀ ਦੀ ਸੀਗੀ, ਇਹ ਇਨਸਾਨੀਅਤ ਦੀ ਸੀਗੀ, ਨਾ ਕਿ ਇਹੋ ਕਿਸੇ ਜ਼ਮੀਨ ਲੈਣੀ ਸੀ ਜਾਂ ਕੁਛ ਹੋਰ। ਉਹ ਪਰਉਪਕਾਰੀ ਸਨ ਅਤੇ ਇਸ ਕਰਕੇ ਉਹਨਾਂ ਨੇ ਜਿਹੜੀ ਜੰਗ ਕੀਤੀ ਸੀ ਮੁਗਲਾਂ ਦੇ ਖਿਲਾਫ ਉਹ ਸੀਗੇ ਕਾਫਰ, ਸ਼ੈਤਾਨ। ਸ਼ੈਤਾਨ ਜਿਹੜੇ ਸੀ ਉਹ ਉਹਨਾਂ ਦੀ ਕੋਈ ਇਨਸਾਨੀਅਤ ਨਹੀਂ ਸੀਗੀ, ਅਤੇ ਇਸ ਕਰਕੇ ਉਹਨਾਂ ਨੂੰ ਬਰਖਿਲਾਫ਼ ਉਹਨਾਂ ਦੀ ਕੀਤੀ। ਅਤੇ ਉਹਨਾਂ ਨੂੰ ਕਿਸੇ ਕੌਮ ਨਾਲ ਰੰਜ ਨਹੀਂ ਸੀਗਾ, ਕਿਉਂ ਖਾਲਸਾ ਜਿਹੜਾ ਹੁੰਦਾ ਉਹ ਕੌਮਾਂ ਤੋਂ ਉੱਪਰ ਹੁੰਦਾ ਹੈਗਾ। ਜਦੋਂ ਖਾਲਸਾ ਆਦਮੀ ਬਣਦਾ ਉਦੋਂ ਉਹਦਾ ਸਿਰ ਲਾਇਆ ਸੀ ਸਟੇਜ 'ਤੇ, ਫਿਰ ਸੁਰਜੀਤ ਕੀਤਾ ਸੀ। ਅਤੇ ਇਹ ਕੌਤਕ ਦੇਖ ਕੇ ਫਿਰ ਬਹੁਤ ਸਾਰੀਆਂ ਸੰਗਤਾਂ ਨੇ ਅੰਮ੍ਰਿਤ ਛਕਿਆ ਸੀ। ਇਸ ਕਰਕੇ ਖਾਲਸਾ ਜਿਹੜਾ ਹੁੰਦਾ ਉਹ ਨਾ ਹੀ ਘਰ ਘਰਾਂ 'ਚ ਰਹਿੰਦਾ ਹੈਗਾ ਅਤੇ ਨਾ ਹੀ ਉਹ ਪੋਲੀਟਿਕਸ ਵਿੱਚ ਹਿੱਸਾ ਲੈਂਦਾ ਹੈਗਾ। ਅਤੇ ਇਹ ਜਿਹੜੀ ਹੈਗੀ ਜਦੋਂ ਵੀ ਹਾਥੀ ਦਾ ਲਾਇਆ ਸੀ ਸਿਰ, ਕਿ ਜਦੋਂ ਤੁਸੀਂ ਆਪਣੇ ਕੋਈ ਕੰਮ ਕਰੋ ਉਦੋਂ ਕੋਈ ਇੱਦਾਂ ਦਾ ਕੰਮ ਨਾ ਕਰੇ ਜੇ ਕਿ ਤੁਹਾਡਾ ਆਪਣੇ ਖਾਨਦਾਨ ਦਾ ਨੱਕ ਕੱਟ ਜਾਏ। ਅਤੇ ਇਸ ਲਈ ਜਦੋਂ ਵੀ ਕੋਈ ਸ਼ੁੱਭ ਕਰਮ ਕੋਈ ਕਰਨ ਜਾਂਦਾ ਹੈਗਾ, ਕਿਤੇ ਸ਼ਾਦੀ ਕਰਨੀ ਜਾਂ ਕੋਈ ਵਪਾਰ ਕਰਨਾ ਹੈਗਾ, ਕੋਈ ਬੈਂਕ 'ਚ ਕੁਛ ਕੋਈ ਵੀ ਕਾਰੋਬਾਰ ਕਰਨਾ ਹੈਗਾ, ਉਦੋਂ ਇਹਦੀ ਪੂਜਾ ਕਰਦੇ ਨੇ ਗਣੇਸ਼ ਦੀ। ਜਦੋਂ ਗਣੇਸ਼ ਦੀ ਪੂਜਾ ਕਰਦੇ ਨੇ ਤਾਂ ਗਣੇਸ਼
ਉਹਨੂੰ ਆਪਣਾ ਨੱਕ ਯਾਦ ਕਰਾਉਂਦਾ ਵੀ ਆਪਣੇ ਨੱਕ ਨਾ ਘਟਾ ਕੇ ਆ ਜਾਈ ਕਿਤੇ। ਅਤੇ ਇਸ ਕਰਕੇ ਇਹ ਜਿਹੜਾ ਮੋਰੈਲਿਟੀ ਹੈਗੀ ਉਹ ਹੈਗਾ ਕਿ ਇਹਨੂੰ ਗਣੇਸ਼ ਨੂੰ ਕਿ ਨੱਕ ਦੀ ਯਾਦ ਕਰਾਉਂਦਾ ਤੂੰ ਵੀ ਆਪਣਾ ਕਿਤੇ ਇੱਦਾਂ ਦਾ ਕੰਮ ਨਾ ਕਰੀ ਕਿ ਖਾਨਦਾਨ ਦੀ ਬੇਅਦਬੀ ਹੋਵੇ। ਅਤੇ ਬਾਕੀ ਹੈਗਾ ਜਿਹੜਾ ਲੋਕ ਹੈਗੇ ਨੇ ਪੰਡਿਤ ਲੋਕ ਇਹ ਬਾਕੀ ਕਹਾਣੀ ਸੁਣਾ ਦੇਣਗੇ, ਪਰ ਇਹ ਕਿਸੇ ਨੂੰ ਨਹੀਂ ਪਤਾ ਕਿ ਨੱਕ ਇਸ ਕਰਕੇ ਵੱਡਾ ਕਿ ਉਸ ਨੂੰ ਆਦਮੀ ਨੂੰ ਆਪਣੀ ਨੱਕ ਦੀ ਯਾਦ ਕਰਵਾਉਣ ਲਈ ਇਹ ਹਾਥੀ ਦਾ ਨੱਕ ਲਾਇਆ। ਇਹਨੂੰ ਕਹਿੰਦੇ ਹਨ ਸੁਰਤੀ, ਯਾਨੀ ਕਿ ਪੰਡਿਤ ਜਿਹੜੇ ਨੇ ਉਹ ਵਾਹੀ ਜਾਂਦੇ ਨੇ ਉੱਦਾਂ ਹੀ ਗੱਲਾਂ ਕਰੀ ਜਾਂਦੇ ਜਿੱਦਾਂ ਪੋਥੀਆਂ 'ਚ ਲਿਖਿਆ ਹੈਗਾ। ਕਿਸੇ ਨੂੰ ਇਹ ਨਹੀਂ ਪਤਾ ਵੀ ਇਹ ਜਿਹੜਾ ਇਹਦਾ ਮਕਸਦ ਜਿਹੜਾ ਹੈਗਾ ਜਾਂ ਇਹਦਾ ਮੁੱਦਾ ਕੀ ਹੈਗਾ, ਇਹ ਹੈਗਾ ਕਿ ਅਗਲੇ ਨੂੰ ਆਪਣੇ ਨੱਕ ਦੀ ਯਾਦ ਕਰਵਾਉਣ ਲਈ ਉਹ ਹਾਥੀ ਦਾ ਨੱਕ ਸਾਰਿਆਂ ਨਾਲ ਵੱਡਾ ਹੋਣ ਕਰਕੇ ਉਹ ਲਾਇਆ ਵੀ ਕਿਤੇ ਕੋਈ ਕਸਰ ਨਾ ਰਹਿ ਜਾਏ। ਅਤੇ ਇਹਨੂੰ ਕਹਿੰਦੇ ਇਹ ਜਿਹੜਾ ਕਲਯੁੱਗ ਹੈਗਾ ਇਹ ਸੁਰਤੀ ਦਾ ਸਮਾਂ ਹੈਗਾ। ਅਤੇ ਇਹਦੇ 'ਚ ਜਿਹੜੇ ਪੰਡਿਤ ਲੋਕ ਹੁੰਦੇ ਨੇ ਜਾਂ ਜਿਹੜੇ ਇੱਦਾਂ ਹੀ ਜਿਹੜੇ ਮਿਡਲ ਈਸਟ 'ਚ ਰਬਾਈ ਹੈਗੇ ਨੇ ਉਹਨਾਂ ਨੂੰ ਸੁਰਤੀ ਜਾਂਦੀ ਰਹਿੰਦੀ ਹੈਗੀ। ਉਹ ਇਕੱਲੇ ਹੀ ਖਾਲੀ ਕਲਮ ਉਹ ਕਿਤਾਬਾਂ ਹੀ ਕਿਤਾਬੀ ਕੀੜੇ ਹੀ ਬਣ ਜਾਂਦੇ ਨੇ। ਜੋ ਕਿਤਾਬ ਵਿੱਚ ਲਿਖਿਆ ਉਹੀ ਉਹ ਕਰੀ ਜਾਂਦੇ, ਉਚਾਰੀ ਜਾਂਦੇ ਨੇ ਬਗੈਰ ਸਮਝੇ ਅਤੇ ਬਗੈਰ ਸੋਚੇ ਦੇ। ਤਾਂ ਇਸ ਕਰਕੇ ਇਹ ਜਿਹੜਾ ਗਿਆਨ ਹੈਗਾ ਇਹ ਸੁਰਤੀ ਵਾਲਿਆਂ ਕੋਲ ਹੈਗਾ। ਸੁਰਤੀ ਵਾਲੇ ਆਦਮੀ ਆਮ ਤੌਰ 'ਤੇ ਜਿਹੜੇ ਕੰਮ ਕਰਦੇ ਆਪਣੇ ਮਿਹਨਤ ਦਾ, ਕਿਰਸਾਨੀ ਕਰਦੇ ਜਾਂ ਹੋਰ ਕੰਮ ਕਰਦੇ ਨੇ, ਉਹਨਾਂ ਨੂੰ ਉਹ ਕਿਤਾਬਾਂ ਪੜ੍ਹਨ ਦਾ ਉਹਨਾਂ ਨੂੰ ਮੌਕਾ ਨਹੀਂ ਮਿਲਦਾ। ਅਤੇ ਉਹ ਆਪਣੇ ਜਿਹੜਾ ਹੈਗਾ ਸੁਰਤੀ ਦੇ ਨਾਲ ਸੋਚ ਕੇ ਫਿਰ ਇਹ ਦੱਸ ਦਿੰਦੇ ਵੀ ਆਹ ਹੋਣੀ ਗੱਲ, ਤਦ ਕਰਕੇ ਇਹ ਨੱਕ ਵੱਡਾ ਹੈਗਾ। ਜਿਵੇਂ ਹੁਣ ਮੈਂ ਸੋਚ ਕੇ ਹੀ ਦੱਸਿਆ ਤੁਹਾਨੂੰ ਕਿ ਨੱਕ ਵੱਡਾ ਕਿਉਂ ਹੈਗਾ। ਮੈਂ ਕਿਹੜੀਆਂ ਕਿਤਾਬਾਂ ਪੜ੍ਹੀਆਂ ਨੇ, ਕਿਹੜੀ ਕਿਤਾਬ ਵਿੱਚ ਲਿਖਿਆ ਵੀ ਇਸ ਕਰਕੇ ਵੱਡਾ ਹੈਗਾ, ਕਿਸੇ 'ਚ ਨਹੀਂ ਲਿਖਿਆ ਹੋਇਆ। ਕਿਉਂ ਬ੍ਰਹਮਣ ਆਪ ਵੀ ਡੁੱਬੇ ਅਤੇ ਜਜਮਾਨ ਵੀ ਡੁੱਬੇ। ਅਤੇ ਆਪਣੇ ਸਤਿਗੁਰੂ ਨਾਨਕ ਦੇਵ ਜੀ ਜਿਹੜੇ ਸੀਗੇ ਇਹਨਾਂ ਦਾ ਵੀ ਜਿਹੜਾ ਨਾਂ ਪਿਆ ਉਹ ਵੀ ਨੱਕ ਤੋਂ ਪਿਆ ਹੈਗਾ। ਰਾਮਚੰਦਰ ਦੇ ਉਹਨੇ ਲਕਸ਼ਮਣ ਨੇ ਸੂਪ ਰਖਾ ਦਾ ਨੱਕ ਵੱਢਿਆ ਸੀਗਾ। ਜਦੋਂ ਨੱਕ ਵੱਢਿਆ ਸੀ ਤਾਂ ਉਹ ਰਾਵਣ ਦੇ ਗਈ ਅਤੇ ਉਹਨੂੰ ਦੱਸਿਆ ਵੀ ਮੇਰਾ ਤਾਂ ਨੱਕ ਵੱਢ ਦਿੱਤਾ ਉਹਨਾਂ ਨੇ। ਅਤੇ ਉਹ ਰਾਵਣ ਕਹਿੰਦਾ ਅੱਛਾ, ਰਾਵਣ ਨੂੰ ਉੱਦਾਂ ਪਤਾ ਸੀਗਾ ਵੀ ਉਹ ਹੈਗਾ ਵੀ ਅਵਤਾਰ ਹੈਗੇ ਨੇ ਰਾਮਚੰਦਰ ਜੀ। ਪਰ ਜਦੋਂ ਉਹਨਾਂ ਨੇ ਨੱਕ ਵੱਢਿਆ ਦੇਖ ਕੀਤਾ ਨਾ ਤਾਂ ਕਹਿਣਗੇ ਵੀ ਲੋਕ ਮੈਨੂੰ ਕੀ ਕਹਿਣਗੇ ਵੀ ਆਪਣਾ ਨੱਕ ਆਪਣੇ ਭੈਣ ਦਾ ਨੱਕ ਵਡਾ ਕੇ ਇਹ ਬੈਠਾ ਇੱਥੇ। ਇਸ ਕਰਕੇ ਆਪਣੀ ਹੋਮੇ, ਕਿਉਂ ਜਿਹੜਾ ਹੁੰਦਾ ਹਿੰਦੂ ਉਹ ਹੋਮੇ ਨੂੰ ਕਾਇਮ ਰੱਖਦਾ ਹੈਗਾ, ਆਪਣੇ ਖਾਨਦਾਨ ਦੀ ਉਹਨੇ ਹੋਮੇ ਉਸ ਨੂੰ ਮੱਦੇ ਨਜ਼ਰ ਰੱਖ ਕੇ ਫਿਰ ਉਸਨੇ ਸੀਤਾ ਚੱਕੀ ਸੀ ਅਤੇ ਸਾਰਾ ਯੁੱਧ ਖੰਡ ਹੋਇਆ ਸੀਗਾ। ਇਹ ਦੋ ਯੁੱਗ ਜਿਹੜੇ ਹੈਗੇ ਨੇ ਤ੍ਰੇਤਾ ਅਤੇ ਦੁਆਪਰ, ਇਹਦੇ 'ਚ ਜਿਹੜਾ ਹੈਗਾ ਨਾ ਲੋਕ ਲੱਜ ਜਾਂ ਹੋਮੇ ਕਹਿ ਦਿਓ, ਇਸ ਨੂੰ ਉੱਤੇ ਲੋਕ ਚੱਲਦੇ ਨੇ। ਇਹਨੂੰ ਅੰਗਰੇਜ਼ੀ 'ਚ ਕਹਿੰਦੇ ਟਿਟ ਫਾਰ ਟੈਟ। ਮੋਜ਼ਿਸ ਨੇ ਵੀ ਇਹੋ ਹੀ ਹੈਗਾ ਲਾਅ ਉਹਦਾ ਟਿਟ ਫਾਰ ਟੈਟ। ਇਸੇ ਤਰ੍ਹਾਂ ਮੁਹੰਮਦ ਸਾਹਿਬ ਨੇ ਵੀ ਕਿਹਾ ਜੇ ਕੋਈ ਖੂਨ ਕਰੇ ਤਾਂ ਉਹਦਾ ਬਦਲਾ ਖੂਨ ਵਿੱਚ ਹੋਵੇ, ਯਾਨੀ ਕਿ ਉਹਦੇ ਪੈਸੇ ਖੂਨ ਉਹਨੂੰ ਦੇਣਾ ਪੈਂਦਾ ਹੈਗਾ ਜਾਂ ਆਪ ਮਰਨਾ ਪੈਂਦਾ ਜਾਂ ਪੈਸੇ ਦੇਣੇ ਪੈਂਦੇ ਨੇ। ਅਤੇ ਇਸ ਤਰ੍ਹਾਂ ਜਿਹੜਾ ਹੈਗਾ ਇਹ ਜਿਹੜਾ ਸਮਾਂ ਹੈਗਾ ਕਲਯੁੱਗ ਇਹ ਸੁਰਤੀ ਵਾਲਿਆਂ ਦਾ ਸਮਾਂ ਹੈਗਾ। ਇਹ ਜਗ੍ਹਾ ਵੀ ਜੇ ਤੁਹਾਨੂੰ ਕੋਈ ਇੱਕ ਜਗ੍ਹਾ ਮਾਰਦਾ ਕੋਈ ਚਪੇੜ, ਤੁਸੀਂ ਇਹ ਨਹੀਂ ਕਹਿਣਾ ਕਿ ਉਹ ਦੂਏ ਦਾ ਨਹੀਂ ਸੋਚਣਾ ਵੀ ਉਹ ਕੀ ਕਹਿੰਦੇ ਨੇ, ਵੀ ਦੂਏ ਕਹਿਣਗੇ ਉਹ ਚਪੇੜ ਉਹਨੇ ਮਾਰੀ ਸੀ ਅਤੇ ਬਹਿ ਗਿਆ ਹੈਗਾ ਚੁੱਪ ਕਰਕੇ। ਅਤੇ ਜੇ ਚਪੇੜ ਤੁਸੀਂ ਵੀ ਮਾਰੋਗੇ ਤਾਂ ਲੜਾਈ ਹੋਏਗੀ ਅਤੇ ਕੋਈ ਨਾ ਕੋਈ ਇੱਕ ਮਰ ਜਾਏਗਾ। ਅਤੇ ਫਿਰ ਸੁਰਤੀ ਵਾਲਾ ਥੋੜ੍ਹਾ ਕੰਮ ਰਿਹਾ। ਅੱਜ ਕੱਲ੍ਹ ਬੇਇਨਸਾਫੀਆਂ ਹੈਗੀਆਂ, ਕੋਈ ਉਹ ਬਾਹਮਣ ਵਗੈਰਾ ਨਹੀਂ ਰਹੇ ਜਿਹੜੇ ਕਿ ਜਿਨ੍ਹਾਂ ਨੂੰ ਕੋਈ ਜਾਓ ਕਿ ਉਹ ਇਨਸਾਫ ਕਰ ਦਿੰਦੇ ਸੀਗੇ। ਅਤੇ ਇਸ ਕਰਕੇ ਸੁਰਤੀ ਦਾ ਸਮਾਂ ਇਹ ਹੈਗਾ ਜੇ ਕੋਈ ਗੱਲ 'ਤੇ ਤੁਹਾਡੇ ਚਪੇੜ ਮਾਰਦਾ ਹੈਗਾ ਤੁਹਾਨੂੰ ਦੂਜੀ ਗੱਲ ਕਰ ਦਿਓ, ਯਾਨੀ ਕਿ ਉਹਦੀ ਜਿਹੜੀ ਜ਼ਮੀਰ ਹੈਗੀ ਉਸ 'ਤੇ ਨਿਸ਼ਾਨਾ ਮਾਰੋ, ਜਿਸਮ 'ਤੇ ਨਾ ਮਾਰੋ। ਅਤੇ ਇਸ ਕਰਕੇ ਜਿਹਦੇ 'ਚ ਜ਼ਮੀਨ ਹੈਗੀ ਜ਼ਮੀਰ ਹੈਗੀ ਆਦਮੀ 'ਚ ਉਹ ਦੇਖੇਗਾ ਵੀ ਇਹਨੂੰ ਤਾਂ ਮੈਂ ਮਾਰਿਆ ਸੀ ਅਤੇ ਦੂਜੀ ਗੱਲ ਕਰਨ ਡਿਆ, ਜਾਂ ਉਹ ਜਿਹਨੂੰ ਮਾਰਿਆਗਾ ਉਹ ਕਹੇਗਾ ਦੂਸਰੇ ਨੂੰ ਇਹਨੂੰ ਪੁੱਛੇ ਵੀ ਆ ਕਿ ਮੈਨੂੰ ਮਾਰਿਆ ਕਿ ਮੈਨੂੰ ਕੀ ਗੱਲ ਕੀਤੀ ਮੈਂ ਖਰਾਬ। ਉਹਦੇ 'ਚ ਜ਼ਮੀਰ ਹੋ ਗਈ ਤਾਂ ਤੁਹਾਡੇ ਤੋਂ ਮਾਫ਼ੀ ਮੰਗ ਲਏਗਾ।
ਇਸ ਕਰਕੇ ਜਿਹੜਾ ਨਾਨਕ ਦਾ ਮੈਂ ਅੱਗੇ ਦੱਸਾਂਗਾ ਅਗਲੇ ਵੀਡੀਓ ਕਿ ਉਹ ਨਾ ਨੱਕ ਪਿਆ।